ਤੇ ਸਾਡੇ ਵਿਆਹ ਨੂੰ ਪੂਰੇ 6 ਸਾਲ ਹੋ ਗਏ ਸੀਗੇ ਤੇ ਸਾਨੂੰ ਬੱਚਾ ਕਨਸੀਵ ਨਹੀਂ ਹੋਇਆ। ਤੇ ਅਸੀਂ ਲੋਕਲ ਬਹੁਤ ਸਾਰੇ ਹੋਸਪਿਟਲ ਗਏ, ਈਵਨ PGI ਵੀ ਗਏ, ਬੱਤੀ ਵੀ ਗਏ, ਪਰ ਹਰ ਇੱਕ ਜਗ੍ਹਾ ਤੋਂ ਅਸੀਂ ਡਿਸਅਪੋਇੰਟ ਹੋ ਕੇ ਵਾਪਸ ਗਏ। ਤੇ ਇੱਕ ਦਿਨ ਮੈਂ ਨੋਵਾ IVF ਇੰਸਟਾ 'ਤੇ ID ਐਡ ਦੇਖੀ ਤੇ ਉਸ ਦਿਨ ਹੀ ਮੈਂ ਕਾਲ ਕੇ ਕਰ ਕੀਤੀ ਤੇ ਨੈਕਸਟ ਡੇ ਅਸੀਂ ਇੱਥੇ ਪਹੁੰਚੇ ਆ ਕੇ ਤੇ ਨੀਸ਼ਾ ਮੈਮ ਨੂੰ ਮਿਲੇ ਤੇ ਸਾਨੂੰ ਮੈਮ ਨੇ ਬਹੁਤ ਮੋਟੀਵੇਟ ਕੀਤਾ ਤੇ ਬਹੁਤ ਸਾਨੂੰ ਵਧੀਆ ਲੱਗਿਆ ਮੈਮ ਨੂੰ ਮਿਲ ਕੇ। ਇੱਥੇ ਸਟਾਫ ਮੈਂਬਰ ਵੀ ਬਹੁਤ ਅੱਛਾ ਹੈ। ਸਭ ਤੋਂ ਬੈਸਟ ਜਿਹੜਾ ਇੱਥੇ ਦਾ ਸਟਾਫ ਹੈ, ਅਤੇ ਮਨੀਸ਼ਾ ਮੈਮ, ਅੰਕਿਤਾ ਮੈਮ ਅਤੇ ਸੋਨੀਆ ਮੈਮ, ਇਹਨਾਂ ਦੀ ਇੱਕ ਜਿਹੜੀ ਗੱਲ ਆ ਉਹ ਸਭ ਤੋਂ ਬੈਸਟ ਹੈ ਕਿ ਹੱਸਦੇ ਰਹਿੰਦੇ ਸਾਰਾ ਸਟਾਫ, ਅਤੇ ਮੇਨ ਮਨੀਸ਼ਾ ਮੈਮ। ਤੇ ਕੁਛ ਮਤਲਬ ਬਹੁਤ ਵਧੀਆ ਸਟਾਫ ਹੈ ਤੇ ਸਾਨੂੰ ਤੇ ਮੈਮ ਨੇ ਐਡਵਾਈਸ ਦਿੱਤੀ IVF ਬਾਰੇ ਤੇ ਸਾਨੂੰ ਫਸਟ ਟਾਈਮ ਹੀ ਜੋ IVF ਐਮਬਰੀਓ ਟ੍ਰਾਂਸਫਰ ਸਾਡਾ ਹੋਇਆ ਤੇ ਫਸਟ ਟਾਈਮ ਸਾਨੂੰ ਜੋ ਬੇਬੀ ਕਨਸੀਵ ਹੋ ਗਈ ਤੇ ਹੁਣ ਸਾਡੇ ਟਵਿੰਸ ਬੇਬੀ ਹੈ ਤੇ 3rd month ਚੱਲਦਾ ਪਿਆ ਤੇ ਸਾਨੂੰ ਬਹੁਤ ਵਧੀਆ ਲੱਗਿਆ। ਸਾਨੂੰ ਇੱਥੇ ਇੱਦਾਂ ਸਕਸੈਸ ਸਾਨੂੰ ਮਿਲੀ ਇੱਥੇ ਆ ਕੇ, ਅਸੀਂ ਉਮੀਦ ਛੱਡਤੀ ਸੀਗੀ ਬੱਚੇ ਦੀ ਤੇ ਇਸ ਲਈ ਤੁਹਾਨੂੰ ਵੀ ਇਹੀ ਐਡਵਾਈਸ ਦਊਂਗੀ ਕਿ ਤੁਸੀਂ ਇੱਥੇ ਆਓ ਤੇ ਸਾਡੇ ਵਾਂਗ ਖੁਸ਼ੀਆਂ ਪ੍ਰਾਪਤ ਕਰਕੇ ਜਾਓ। ਥੈਂਕ ਯੂ।